तुलीप, चलो मिलते हैं फिर, आ जाओ। ਇੱਥੇ ਠੀਕ ਹੈ ਨਾ। ਹਾਂ ਆ ਟੋਲ ਵਾਲੇ ਜੀ ਸਾਨੂੰ ਰੋਕੀ ਖੜੇ ਆ, ਫਿਰ ਅਸੀਂ ਕਿਵੇਂ ਅੱਗੇ ਤੁਰੀ, ਸਾਡਾ ਵਲੌਗ ਕਿੱਦਾਂ ਅੱਗੇ ਤੁਰਿਆ ਹੈ ਨਾ, ਪੰਗਾ ਪਤਾ ਨਹੀਂ ਕੀ ਪੈ ਗਿਆ ਮੇਲਾ ਦਾ, ਫਾਸਟ ਟੈਗ ਵਾਲੀ ਲਾਈਨ 'ਚ ਕੋਈ ਸਲੋ ਟੈਗ ਵਾਲਾ ਲੱਗ ਗਿਆ ਹੋਵੇ। ਗੱਲਾਂ ਆ ਗਿਆ, ਥੈਂਕ ਯੂ ਕਰਤਾ। ਹੈਲੋ ਸਤਿ ਸ਼੍ਰੀ ਅਕਾਲ। ਸੋ ਬੜੀ ਅਸੀਂ ਕੀ ਕਹਿੰਦੇ ਹਾਂ ਮੁਸ਼ਕਤ ਕੀਤੀ ਹੈ ਜੀ ਲਾਈਟਿੰਗ ਲੂਟਿੰਗ ਸੈੱਟ ਕਰਨ ਦੇ ਵਿੱਚ। ਫਾਈਨਲੀ ਮੈਂ ਹੁਣ ਗੱਲ ਕਰ ਹੀ ਲਈਏ, ਕਿਤੇ ਸਾਰਾ ਸਵਰ ਇੱਥੇ ਨਾ ਲੱਗ ਜਾਵੇ ਫਿਰ ਲਾਈਟ ਸੈੱਟ ਕਰ ਦੇਗਾ। ਜਸਵਿੰਦਰ ਇਜ਼ ਹੇਅਰ। ਹੈਲੋ ਆ।
ਨਾਲ ਦੀ ਨਾ ਮਾਸਕ ਬੜਾ ਜ਼ਰੂਰੀ ਹੈ ਮੰਮੀ ਇਹਨਾਂ ਨੇ ਨਾ ਆਪਣਾ ਫ੍ਰਿਜ ਨੂੰ ਖੋਲਣਾ ਉੱਚ ਦੇਖਣਾ ਆ ਮੰਮੀ ਕਾਫੀ ਪੁਰਾਣਾ ਨਹੀਂ ਹੋ ਗਿਆ ਮਿਰਚਾਂ ਕਾਫੀ ਪੁਰਾਣੀਆਂ ਨਹੀਂ ਹੋ ਗਈਆਂ ਆ ਕਿੰਨੇ ਟਾਈਮ ਪਹਿਲਾਂ ਤਾਂ ਰੱਖਿਆ ਨਾ ਮੰਮੀ ਕਹਿੰਦੇ ਤੂੰ ਹੱਥ ਲਾ ਲਾਈ ਗੁਰਜੀਤ ਮੈਂ ਇਹਨਾਂ ਦਾ ਅਚਾਰ ਪਾਉਣਾ ਗੁਰਜੀਤ ਮੈਂ ਇਹਨਾਂ ਦਾ ਆਹ ਕਰਨਾ ਫਿਰ ਕਹਿਣਗੇ ਆਹ ਕਿੰਨੀ ਦੇਰ ਹੋ ਗਈ ਸਮਾਨ ਇੱਥੇ ਪਿਆ ਆ ਵੀ ਚੱਕ ਦੂ ਇਹਦੇ 'ਚ ਮੇਰਾ ਇੱਕ ਫਾਇਦਾ ਇਹ ਹੁੰਦਾ ਕਿ ਕਈ ਵਾਰੀ ਕੋਈ ਚੀਜ਼ ਮੈਨੂੰ ਨਹੀਂ ਠੀਕ ਲੱਗਦੀ ਕਿ ਆਹ ਤਾਂ ਹੁਣ ਚੀਜ਼ ਹੈ ਨਾ ਪਈ ਆ ਖਰਾਬ ਹੋ ਗਈ ਜੇ ਮੈਂ ਚੁੱਕ ਦੂੰਗੀ ਨਾ ਤਾਂ ਮੰਮੀ ਕਹਿੰਦੀ ਇੱਥੇ ਆਹ ਸਮਾਨ ਪਿਆ ਸੀ ਮੈਂ ਹਾਂਜੀ ਕਹਿੰਦੇ ਗੁਰਜੀਤ ਨੇ ਸੁੱਟ ਤਾ ਇੱਕ ਤਾਂ ਨਾ ਮੁੰਡਾ ਮੇਰੀ ਚੀਜ਼ਾਂ ਸਿੱਟ ਉਦੋਂ ਮੈਂ ਕਹਿੰਦੀ ਨੀ ਹਾਂਜੀ ਹਾਂਜੀ ਮੰਮੀ ਗੁਰਜੀਤ ਨੇ ਸੁੱਟ ਤਾ ਫਿਰ ਮੈਂ ਕਹਿੰਦੀ ਨੀ ਨਹੀਂ ਮੰਮੀ ਉਹ ਤਾਂ ਮੈਂ ਸਿੱਟਿਆ ਫਿਰ ਮੈਨੂੰ ਤਾਂ ਕੁਛ ਨੀ ਕਹਿੰਦੇ ਪਰ ਇਸ ਚੱਕਰ ਦਾ ਮੈਨੂੰ ਫਾਇਦਾ ਹੋਇਆ ਸੀ ਬਾਕੀ ਕੁਛ ਕੀਤਾ ਦੱਸੋ ਲੌਕਡਾਊਨ ਦੇ ਵਿੱਚ ਆਪਾਂ ਫਿਲਮਾਂ ਬਣਾਈਆਂ ਸੀ ਯੈਸ ਸ਼ਾਰਟ ਫਿਲਮ ਸਨ ਹਾਂ ਹੋਰ ਕੀ ਬਣਾਇਆ ਸੀ ਪਾ ਹੋਰ ਸੀਮੈਂਟ ਕਰਾਫਟ ਹਾਂ ਉਹਦੀ ਵੀਡੀਓ ਵੀ ਮੈਂ ਤੁਹਾਡਾ ਸ਼ੇਅਰ ਕਰੂੰਗੀ ਉਦੋਂ ਮੈਂ ਵੀਡੀਓ ਬਣਾਈ ਸੀ ਉਹ ਵੀਡੀਓ ਵੀ ਆਪਾਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਇਹ ਚਿੜੀਆਂ ਸੱਚ ਭਾਈ ਚਿੜੀਆਂ ਵਾਲਾ ਮਾਹੌਲ ਸੀ ਉਹ ਵੀ ਅਸੀਂ ਵੀਡੀਓ ਪਾਉਂਦੇ ਪਏ ਹਾਂ ਇੰਨੀਆਂ ਚਿੜੀਆਂ ਆ ਗਈਆਂ ਨਾ ਪਤਾ ਨਹੀਂ ਕਹਿ ਲਓ ਕਿ ਕਰਮਾ ਵਾਲੇ ਆ ਕਿ ਸਾਡੇ ਘਰੇ ਆ ਗਈਆਂ ਪਾਪਾ ਨੇ ਇੰਨਾ ਸੋਹਣਾ ਗਾਰਡਨ ਬਣਾਇਆ ਨਾ ਉਹਦੇ 'ਚ ਉਹਨਾਂ ਨੂੰ ਇੰਨਾ ਵਧੀਆ ਲੱਗਿਆ ਪਹਿਲਾਂ ਇੱਕ ਚਿੜੀ ਆਈ ਫਿਰ ਦੋ ਆਈਆਂ ਫਿਰ ਦੂਜੀਆਂ ਤੇ ਇੱਕ ਹੋਰ ਹੁੰਦੀ ਹੈ ਜਿਹੜੀ ਉਹ ਕਾਮਨ ਟੇਲਰ ਬਰਡ ਕਹਿੰਦੇ ਆ ਉਹਦੀ ਵੀਡੀਓ ਵੀ ਤੁਹਾਡਾ ਸ਼ੇਅਰ ਕਰਾਂਗੇ ਆਪਾਂ ਉਹਨੇ ਆਪ ਸਾਡੇ ਸਾਹਮਣੇ ਸਾਹਮਣੇ ਪਤਾ ਨੈਸਟ ਬਣਾਈ ਘਰ ਬਣਾਇਆ ਉੱਚ ਅੰਡੇ ਫਿਰ ਉਹਦੇ ਬੱਚੇ ਤੇ ਉਹਦੇ ਬੱਚੇ ਤੇ ਆਪਾਂ ਫੜੇ ਵੀ ਸੀਗੇ ਪੂਰੀ ਪੂਰੀ ਜਰਨੀ ਹੈ ਉਹ ਸਾਡੇ ਕੋਲ ਭਾਈ ਮੇਰੇ ਗੱਲ ਸੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਹੈਲੋ ਕਰ ਦੋ ਹੈਲੋ ਸਾਰਿਆਂ ਨੂੰ ਹੈਲੋ ਕਰ ਦੋ ਸਤਿ ਸ਼੍ਰੀ ਅਕਾਲ ਕਹਿ ਦੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਪਾ ਓ ਰੋਟੀ ਬਣੀ ਹੋਈ ਬੱਚੀ 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 ਨੋ ਦੇ ਨਵੀਂ ਡਿਸ਼ ਯਮੀ ਭਾਬੀ ਵੱਲੋਂ ਫਿਰ ਕੈਂਡ ਭਾਬੀ ਉਹ ਘੜੀ ਥੈਂਕ ਯੂ ਭਾਬੀ ਕੀ ਆ ਕੀ ਹੈ ਲਾਈਟਿੰਗ ਸਹੀ ਹੈ ਸੱਜੂ ਕੀ ਹੈ ਉਹ ਕੀ ਆ
ਹੋਰ ਮੰਮਾ ਠੀਕ ਠਾਕ ਤੁਸੀਂ? ਵੱਡੀ ਮੰਮੀ ਵੀ ਆ ਗਏ। ਫਲਾਵਰ ਲੱਗੇ ਆ, ਵਧੀਆ ਲੱਗੇ ਗਿਫਟ। ਹਾਂਜੀ ਕੀ ਲੈ ਕੇ ਆਇਆ ਸਾਰੇ ਲਈ? ਛੋਟੀ ਛੋਟੀਆਂ ਚੀਜ਼ਾਂ ਜਿਹੜੀ ਪਸੰਦ ਆ। ਕੀ ਕਰਦਾ ਸੀ? ਕਿੰਨੇ ਚਾਏ ਪੀਣੀ ਆ? ਦੋ ਤਿੰਨ ਚਾਰ ਪੰਜ ਛ ਅੱਠ ਕਿਲੋ। ਮੌਜ ਮਸਤੀਆਂ ਵਿੱਚ ਸ਼ੈਤਾਨ ਬੁਆਏ ਭਤੀਜ ਆ ਕੇ ਹੁੰਦਾ ਹੈ। ਬਾਏ ਬਾਏ ਕਰਦੇ, ਬਾਏ ਬਾਏ ਕਰ ਕੇ ਲਾਈਕ ਸ਼ੇਅਰ ਸਬਸਕ੍ਰਾਈਬ ਸ਼ੇਅਰ।